ਆਕਲੈਂਡ ਦੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਟਾਕਾਨਿਨੀ 'ਚ ਸਥਿਤ ਟੈਕ ਐਂਡ ਗੈਜਟਸ ਦੇ ਉੱਤੇ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਕਾਰੋਬਾਰ ਪੰਜਾਬੀ ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਘਟਨਾ ਤਕਰੀਬਨ 3 ਵਜੇ ਦੇ ਕਰੀਬ ਰਾਤ ਨੂੰ ਵਾਪਰੀ। ਉਹਨਾਂ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਸਟੋਰ ਦੀ ਖਿੜਕੀ ਨੂੰ ਤੋੜ ਕੇ ਸਟੋਰ 'ਚ ਦਾਖਲ ਹੋਏ ਅਤੇ ਸਟੋਰ ਦੀ ਭੰਨ ਤੋੜ ਕਰਕੇ ਵੱਡੀ ਗਿਣਤੀ 'ਚ ਮੋਬਾਈਲ ਅਤੇ ਹੋਰ ਸਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਹਨਾਂ ਵੱਲੋਂ ਸਟੋਰ ਦੀ ਪੂਰੀ ਤਰ੍ਹਾਂ ਦੇ ਨਾਲ ਭੰਨ ਤੋੜ ਵੀ ਕੀਤੀ ਗਈ। ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਸਟੋਰ ਦੀ ਲੁੱਟ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਸਾਊਥ ਆਕਲੈਂਡ 'ਚ ਪੰਜਾਬੀ ਪਰਿਵਾਰ ਦੇ ਜਵੈਲਰੀ ਸਟੋਰ ਨੂੰ ਦਿਨ ਦਿਹਾੜੇ ਲੁੱਟ ਲਿਆ ਗਿਆ ਸੀ। ਇਸ ਪੂਰੀ ਘਟਨਾ ਸੰਬੰਧੀ ਟੈਕ ਐਂਡ ਗੈਜਟਸ ਦੇ ਮਾਲਕ ਦਾ ਕੀ ਕਹਿਣਾ ਹੈ, ਤੁਹਾਨੂੰ ਜ਼ਰੂਰ ਸੁਣਾਉਂਦੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿੰਸ ਕਾਲਰਾ ਫਰੋਮ ਟੈਕ ਐਂਡ ਗੈਜਟਸ। ਤੁਸੀਂ ਦੇਖ ਰਹੇ ਹੋ ਰਾਤੀ ਜਿਹੜੀ ਘਟਨਾ ਹੋਈ ਹੈ, ਰਾਤੀ 3 ਵਜੇ ਦੇ ਕਰੀਬ ਮੈਨੂੰ ਸਿਕਿਉਰਿਟੀ ਕੰਪਨੀ ਦਾ ਫੋਨ ਆਇਆ ਵੀ ਤੁਹਾਡੇ ਅਲਾਰਮ ਐਕਟੀਵੇਟ ਹੋਇਆ, ਅਤੇ ਜਦ ਮੈਂ ਕੈਮਰੇ 'ਚ ਦੇਖਿਆ ਅਤੇ ਬੰਦੇ ਅੰਦਰ ਸੀਗੇ ਜਿਹੜੇ ਸ਼ਰਾਰਤੀ ਅੰਸਰ ਤੋੜ ਫੋੜ ਕਰ ਰਹੇ ਸੀ, ਅਤੇ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਅੰਦਰ ਚੋਰ ਨੇ, ਦੈਨ ਕੰਟੈਕਟ ਪੁਲਿਸ। ਸੋ ਪੁਲਿਸ ਆਈ ਹੈ, ਉਸ ਤੋਂ ਬਾਅਦ ਹੁਣ ਦੇਖ ਰਹੇ ਹਾਂ ਨੁਕਸਾਨ ਜੋ ਹੋਇਆ, ਸਾਰੇ ਮੋਬਾਈਲ ਲੈਪਟੋਪਸ ਵਗੈਰਾ ਲੈ ਗਏ ਅਤੇ ਤੋੜ ਭੰਨ ਕਾਫੀ ਜ਼ਿਆਦਾ ਕਰ ਗਏ ਨੇ, ਅਤੇ ਹੁਣ ਬੰਦਾ ਕੀ ਕਰੇ, ਇੱਥੇ ਬਿਜ਼ਨਸਮੈਨ ਕੰਮ ਕਿੱਦਾਂ ਕਰੇਗਾ। ਅਤੇ ਨਿਊਜ਼ੀਲੈਂਡ ਗਵਰਨਮੈਂਟ ਨੂੰ ਜਲਦੀ ਤੋਂ ਜਲਦੀ ਕੁਛ ਕਰਨਾ ਚਾਹੀਦਾ, ਜਿੱਦਾਂ ਰੋਜ਼ ਵਾਰਦਾਤਾਂ ਹੋ ਰਹੀਆਂ ਸਾਊਥ ਆਕਲੈਂਡ 'ਚ, ਸਪੈਸ਼ਲੀ ਸਾਊਥ ਆਕਲੈਂਡ ਪੂਰੇ ਏਰੀਏ 'ਚ, ਇੱਦਾਂ ਤਾਂ ਜ਼ਿਆਦਾ ਦੇਰ ਬਿਜ਼ਨਸਮੈਨ ਸਰਵਾਈਵ ਨਹੀਂ ਕਰ ਸਕਦੇ, ਅਤੇ ਉਮੀਦ ਹੈ ਵੀ ਗਵਰਨਮੈਂਟ ਜਲਦੀ ਕੋਈ ਸਟੈਪ ਚੱਕੇ ਇਹਨਾਂ ਵਾਸਤੇ। ਥੈਂਕ ਯੂ।